ਹੱਥ ਖੜੇ ਕਰਕੇ ਦੱਸੋ ਨਜ਼ਾਰਾ ਕਿਸੇ ਨੇ। ਤੁਹਾਨੂੰ ਕੋਈ ਚਿੰਤਾ ਸੀ? ਕੋਈ ਬਿਜਲੀ ਦੇ ਬਿੱਲ ਆਉਂਦੇ ਆ ਜਿਵੇਂ ਹੁਣ ਆਉਂਦੇ ਆ, ਉਦੋਂ ਨਜ਼ਾਰੇ ਸੀ ਤੁਹਾਨੂੰ? ਪੰਜਾਹ ਹਜ਼ਾਰ ਤੋਂ ਕਿਹਦਾ ਕਿਹਦਾ ਬਿੱਲ ਆਇਆ ਤਕੜਾ ਕਰਿਓ। ਵਾਹ ਵਾਹ, 50,000 ਵਾਲੇ, 75,000 ਵਾਲੇ ਵੀ ਹੈਗੇ। ਬਹੁਤ ਕੰਮ ਕਰਨ ਵਾਲਾ ਮੈਂ ਕਹਿੰਦਾ, ਗੱਡੀ ਰੋਕੀ ਤੁਸੀਂ ਆ, ਨਹੀਂ ਤਾਂ ਸਪੀਡ ਫੜ ਗਈ ਸੀ 10 ਸਾਲ ਤੱਕ। ਐ ਚੱਲ ਪਿਆ ਸੀ ਕੰਮ, ਬ੍ਰੇਕਾਂ ਲਾ ਦਈਏ ਯਾਰ ਤੁਸੀਂ। ਜਦੋਂ 10 ਸਾਲ ਲਗਾਤਾਰ ਆਪਣੀ ਸਰਕਾਰ ਚੱਲੀ, ਕੈਪਟਨ ਨੇ ਤੇ ਦੂਜੇ ਵਿਰੋਧੀਆਂ ਨੇ ਸੋਚਿਆ ਕਿ ਜੇ ਬਾਦਲ ਸਾਹਿਬ ਦੀ ਕੰਮ ਇੰਨੇ ਕਰਤੇ, ਫਿਰ ਤੋਂ ਤੀਜੀ ਵਾਰ ਵੀ ਸਰਕਾਰ ਬਣ ਜੂ, ਕੁਛ ਨਾ ਕੁਛ ਕਰੀਏ। ਇਹਨਾਂ ਨੇ ਬੇਅਦਬੀ ਦੀ ਸਾਜਿਸ਼, ਇਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ ਤੇ ਉਹ ਕਾਮਯਾਬ ਹੋ ਗਏ। ਤੇ ਅੱਜ ਆਪਾਂ ਪਛਤਾਉਣੇ ਹਾਂ, ਕਿਉਂਕਿ ਅੱਜ ਆਪਣੇ ਪੱਲੇ ਪੈ ਗਿਆ ਉਹ ਮੁੱਖ ਮੰਤਰੀ ਜਿਹੜਾ ਮੈਂ ਕਹਿੰਦਾ ਸਭ ਤੋਂ ਨਲਾਇਕ ਪੰਜਾਬ ਦਾ ਮੁੱਖ ਮੰਤਰੀ ਮਿਲਿਆ। ਯਾਰ 10 ਸਾਲ ਬਠਿੰਡੇ ਵਾਲਿਓ, 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ, ਨਜ਼ਾਰਾ ਆਇਆ ਸੀ ਕਿ ਨਹੀਂ? ਹੱਥ ਕੜੇ ਕਰਕੇ ਦੱਸੋ ਨਜ਼ਾਰਾ ਆਇਆ ਕਿਸੇ ਨੇ? ਯਾਰ 10 ਸਾਲ ਬਠਿੰਡੇ ਵਾਲਿਓ, 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ, ਨਜ਼ਾਰਾ ਆਇਆ ਸੀ ਕਿ ਨਹੀਂ? ਹੱਥ ਖੜੇ ਕਰਕੇ ਦੱਸੋ ਨਜ਼ਾਰਾ ਆਇਆ ਕਿਸੇ ਨੇ? ਤੁਹਾਨੂੰ ਕੋਈ ਚਿੰਤਾ ਸੀ? ਕਿਸੇ ਪੁਲਿਸ ਵਾਲੇ ਦੀ ਹਿੰਮਤ ਸੀ ਕੋਈ ਝੂਠਾ ਪਰਚਾ ਦੇ ਲੈ? ਕੋਈ ਬਿਜਲੀ ਦੇ ਬਿੱਲ ਆਉਂਦੇ ਆ ਜਿਵੇਂ ਹੁਣ ਆਉਂਦੇ ਆ, ਉਦੋਂ ਨਜ਼ਾਰੇ ਸੀ ਤੁਹਾਨੂੰ, ਹੁਣ ਤਾਂ ਬਿਜਲੀ ਦੇ ਬਿੱਲ। ਅੱਛਾ ਇੱਕ ਦੱਸਿਓ, 50,000 ਤੋਂ ਕਿਹਦਾ ਕਿਹਦਾ ਬਿੱਲ ਆਇਆ ਤਕੜਾ ਕਰਿਓ? ਵਾਹ ਵਾਹ, 50,000 ਵਾਲੇ, 75,000 ਵਾਲੇ ਵੀ ਹੈਗੇ ਵੀ ਬਾਲੇ ਆ, ਮਤਲਬ ਲੱਖ ਵੀ ਟੱਪੇ ਬੈਠੇ। ਤੇ ਸਾਹਿਬ ਬਾਦਲ ਸਾਹਿਬ ਮੁੱਖ ਮੰਤਰੀ ਸੀ, ਬਿਜਲੀ ਵਾਲਾ ਤੁਹਾਡਾ ਪਿੰਡ ਵੀ ਨਹੀਂ ਆਉਂਦਾ ਸੀ, ਤੁਹਾਡਾ ਸਿੱਧਾ ਕੰਮ ਰੱਬ ਨਾਲ ਜੁੜਿਆ ਸੀ ਕੰਮ ਘਰ, ਕੋਈ ਟੈਨਸ਼ਨ ਨਹੀਂ ਸੀ, ਕੋਈ ਫਿਕਰ ਨਹੀਂ ਸੀ। ਸੜਕਾਂ ਦੇ ਨਜ਼ਾਰੇ ਲਿਆਤੇ ਕਿ ਨਹੀਂ? ਹੁਣ ਇੱਥੋਂ ਜੇ ਬਠਿੰਡੇ ਤੋਂ ਬਰਨਾਲੇ ਜਾਂਦੇ ਹੋ, ਪਤਾ ਲੱਗਦਾ। ਮੈਂ ਤੁਹਾਨੂੰ ਸਹੀ ਦੱਸਾਂ, ਬਠਿੰਡੇ ਤੁਸੀਂ ਰਾਮਪੁਰੇ ਜਾਓ ਨਾ, ਚੌਥਾ ਗੇਅਰ ਨਹੀਂ ਲੱਗਦਾ, ਤੀਜੇ 'ਚ ਪਹੁੰਚ ਜਾਂਦੇ ਹੋ। ਸਾਰੇ ਦੇਖ ਕਿਹੋ ਜਿਹੀਆਂ ਸੜਕਾਂ। ਗੁਰੂ ਦੀ ਨਗਰੀ ਜਾਂਦੇ ਹੋ ਅੰਮ੍ਰਿਤਸਰ ਸਾਹਿਬ, ਦੇਖੋ ਕਿੱਡੇ ਕਰੋੜਾਂ ਰੁਪਏ ਤੁਹਾਡੇ ਲਾ ਕੇ ਕਿੰਨੀਆਂ ਜਾਨਾਂ ਬਚਾ ਦਿੱਤੀਆਂ। ਨਹੀਂ ਤਾਂ ਰੋਜ਼ ਅਖਬਾਰ ਪੜ੍ਹਦੇ ਹੁੰਦੇ ਸੀ, ਅੱਜ ਇੱਥੇ ਐਕਸੀਡੈਂਟ ਹੋ ਗਿਆ, ਅੱਜ ਇੱਥੇ ਐਕਸੀਡੈਂਟ ਹੋ ਗਿਆ। ਹੁਣ ਕਿਤੇ ਅਖਬਾਰਾਂ ਸੁਣਿਆ ਕਿ ਐਕਸੀਡੈਂਟ ਹੋਇਆ? ਆਹ ਫਰਕ ਹੈ ਤੁਹਾਡੀ ਸਰਕਾਰ ਦਾ। ਇੱਕ ਗੱਲ ਲੱਗੋ, ਅਗਲੇ 5 ਸਾਲਾਂ ਚ ਸਾਰੇ ਪਿੰਡਾਂ ਵਿੱਚ ਸੀਮੈਂਟ ਦੀਆਂ ਗਲੀਆਂ ਹੋਣਗੀਆਂ, ਸੀਮੈਂਟ ਦੀਆਂ ਫੇਰੀਆਂ ਹੋਣਗੀਆਂ, ਪਾਈਪਾਂ ਸੀ ਪਾਣੀ ਗੰਦੇ ਕੱਢਣ ਵਾਸਤੇ, ਲਾਈਟਾਂ ਦਾ ਪ੍ਰਬੰਧ ਹੋਊਗਾ ਤੇ ਘਰ ਵਾਰ ਪਾਣੀ ਦਾ ਪ੍ਰਬੰਧ ਹੋਊਗਾ, ਜਿਵੇਂ ਸ਼ਹਿਰ ਉਵੇਂ ਪਿੰਡ ਬਣਾ ਕੇ ਦਊਗਾ। ਤੁਸੀਂ ਫਰਕ ਦੇਖਿਓ ਤਰੱਕੀ, ਬਹੁਤ ਕੰਮ ਕਰਨ ਵਾਲਾ ਮੈਂ ਕਹਿੰਦਾ, ਗੱਡੀ ਰੋਕੀ ਤੁਸੀਂ ਆ, ਨਹੀਂ ਤਾਂ ਸਪੀਡ ਫੜ ਗਈ ਸੀ 10 ਸਾਲ ਤੱਕ। ਐ ਚੱਲ ਪਿਆ ਸੀ ਕੰਮ, ਬ੍ਰੇਕਾਂ ਲਾ ਦਈਏ ਯਾਰ ਤੁਸੀਂ। ਹੁਣ ਤਾਂ ਹੀ ਉਹ ਕਾਂਗਰਸੀ ਡਰਦੇ ਆ, ਅੱਜ ਕੱਲ੍ਹ ਕਾਂਗਰਸੀ ਕੀ ਲੱਗਿਆ, ਦੋਨੋਂ ਹੱਥ
ਮੰਤਰੀ ਮਿਲਿਆ, ਮੈਂ ਕਿਹਾ ਤੂੰ ਪਹਿਲੇ ਤੂੰ ਸ਼ਰੀਫ ਜਿਹਾ ਹੁੰਦਾ ਸੀ, ਹੁਣ ਤਾਂ ਬਹੁਤ ਪੈਸੇ ਖਾਈ ਜਾਂਦਾ। ਉਹ ਕਹਿੰਦਾ ਯਾਰ ਕੀ ਕਰੀਏ, ਲੱਗਦਾ ਕਿ ਹੁਣ ਤੁਸੀਂ ਪਿਛਲੀ ਵਾਰ ਤਾਂ 10 ਸਾਲ ਸਾਡੇ ਰਾਜ ਨਹੀਂ ਆ, ਮਿਲ ਅਗਲੀ ਵਾਰ ਤਾਂ 20 ਸਾਲ ਨਹੀਂ ਆਉਂਦਾ, ਇੱਕ ਹੁਣੀ ਦਿਹਾੜੀ ਪੂਰੀ ਕਰ ਲਈਏ। ਜਿੰਨੇ ਨਸ਼ਾ ਜਿੰਨਾ ਪੰਜਾਬ ਨਸ਼ਾ ਵਿਕ ਰਿਹਾ ਕਾਂਗਰਸ ਦੇ MLA ਵਿਕਾਈ ਜਾਂਦੇ ਆ, ਮਹੀਨਾ ਤਾਂ ਮਹੀਨਾ ਮਹੀਨਾ ਤਾਂ ਮਹੀਨਾ ਕਾਂਗਰਸ ਦੇ MLA ਲੈਂਦੇ ਆ ਵੇਚਣ ਵਾਲੇ ਤੋਂ। ਹੁਣੀ ਫਿਰੋਜ਼ਪੁਰ ਦੇ ਕਿਸੇ ਚੋਂ ਵਧੀਆ ਸੀ, ਹੁਣ ਨਸ਼ੇ ਵਾਲੇ ਫੜੇ। MLA ਨੇ ਕਿਹਾ ਹੁਣੀ ਛੱਡੋ, ਕਿਉਂਕਿ ਮਹੀਨਾ ਹੁੰਦਾ ਸੀ। ਐਜੇ ਤਰਨ ਤਾਰਨ ਤੋਂ, ਐਜੇ ਖਬਰਾਂ ਗੁਰਦਾਸਪੁਰ ਤੋਂ, ਜਲੰਧਰ ਤੋਂ, ਜਿੱਥੇ ਮੈਨੂੰ ਆਉਣੀਆਂ ਖਬਰਾਂ ਸਾਰੀ ਚਰਫ ਖੁੱਲੀ ਛੁੱਟੀ ਦਿੱਤੀ ਹੈ, ਨਸ਼ੇ ਵੇਚੀ ਚਲੋ। ਕਾਂਗਰਸੀਆਂ ਕੋਈ ਦਰਦ ਨਹੀਂ, ਉਹਨਾਂ ਨੂੰ ਇਕੱਲਾ ਨਿਸ਼ਾਨਾ ਪੈਸਾ।